सत श्री अकाल दोस्तों, स्वागत है तुहाडा साडे चैनल पिंड इटली ते। दोस्तों तुहाडे नाल कुछ गल्लां सांझियां करन लगे आ। वीर भरा बहुत पुछदे आ कि जिहड़े इटली दे पेपर वा इह हुण खुल्लणे आ ते किन्ने पैसे दईए। लगभग तां आपां हरेक वीडियो दे विच दस्सिया ही आ, पर जिहड़े नवें वीर भरा जुड़दे आ ਉਹ ਵੀਡੀਓ ਨੂੰ ਪੂਰਾ ਨਹੀਂ ਦੇਖਦੇ ਜਾਂ ਚੈਨਲ 'ਤੇ ਹੋਰ ਜਾ ਕੇ ਵੀਡੀਓ ਨੂੰ ਨਹੀਂ ਚੈੱਕ ਕਰਦੇ। ਉਹ ਕਮੈਂਟਾਂ ਦੇ ਵਿੱਚ ਪੁੱਛਦੇ ਰਹਿੰਦੇ ਕਿ ਵੀਰ ਜੀ ਇਸ ਚੀਜ਼ ਦੇ ਵੀਡੀਓ ਬਣਾਓ ਜਾਂ ਇੰਸਟਾ 'ਤੇ ਮੈਸੇਜ ਕਰਦੇ ਆ। ਅਤੇ ਅੱਜ ਆਪਾਂ ਦੱਸਾਂਗੇ ਇਸ ਬਾਰੇ। ਅਤੇ ਪਹਿਲਾਂ ਅੱਜ ਹੈਗੇ ਸੀ ਫ੍ਰੀ, ਥੋੜ੍ਹਾ ਟਾਈਮ ਨਾਲ ਸ਼ਹਿਰ ਨੂੰ ਚੱਲ ਗਏ ਸੀ। ਅਤੇ ਅੱਜ ਥੋੜ੍ਹਾ ਟੋਰ ਟਾਰ ਕੱਢਿਆ, ਵਾਲ ਦਾੜੀ ਕਟਾਉਣ ਵਾਲੇ ਸੀ, ਕਾਫੀ ਦਿਨਾਂ ਟਾਈਮ ਨਹੀਂ ਲੱਗਿਆ। ਅਤੇ ਪਹਿਲਾਂ ਤੁਹਾਨੂੰ ਵਿਖਾਉਂਦੇ ਹਾਂ, ਦੁਕਾਨ 'ਤੇ ਬੈਠਿਆਂ ਥੋੜ੍ਹੀ ਵੀਡੀਓ ਕਲਿੱਪ ਬਣਾਏ ਆ ਛੋਟੇ ਛੋਟੇ। ਅਤੇ ਪਹਿਲਾਂ ਉਹ ਚੈੱਕ ਕਰਿਓ। ਅਤੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਪਾਕਿਸਤਾਨੀ ਭਰਾ ਵਾ ਤੌਸੀਫ, ਅਤੇ ਫੋਂਦੀ ਸ਼ਹਿਰ ਦੇ ਵਿੱਚ ਆ ਇਟਲੀ 'ਚ। ਅਤੇ ਬੜੇ ਵਧੀਆ ਤਰੀਕੇ ਨੇ ਬਾਈ ਨੇ ਟੋਰ ਟਾਰ ਕੱਢਤਾ ਅੱਜ ਤੁਹਾਡੇ ਬਾਈ ਦਾ, ਵੇਖ ਹੀ ਸਕਦੇ ਤੁਸੀਂ। ਅਤੇ ਆਪਾਂ ਚੱਲਦੇ ਹਾਂ ਉਸ ਵੀਡੀਓ ਵੱਲ। ਅਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ, ਅਤੇ ਫਿਰ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਵੀ ਦੱਸਦੇ ਹਾਂ ਕਿ ਅੱਜ ਦੀ ਜਿਹੜੀਆਂ ਕੁਝ ਜ਼ਰੂਰੀ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਆ ਜਾਓ ਉਸ ਵੀਡੀਓ ਵੱਲ। ਆਪਣੀ ਕਟਿੰਗ ਕਰਾਉਂਦਿਆਂ ਦੀ ਵੀਡੀਓ, ਅਤੇ ਇਹ ਆਪਣਾ ਵੀਰ ਤੌਸੀਫ ਫੋਂਦੀ ਸ਼ਹਿਰ ਤੋਂ, ਬਹੁਤ ਵਧੀਆ ਤਰੀਕੇ ਨਾਲ ਵੀਰ ਨੇ ਕਟਿੰਗ ਕੀਤੀ ਆ। ਅਤੇ ਜਿਹੜੇ ਮੇਰੇ ਵੀਰ ਭਰਾ ਇਟਲੀ ਆਉਣਾ ਚਾਹੁੰਦੇ ਆ, ਕਟਿੰਗ ਦਾ ਕੰਮ ਜਾਣਦੇ ਆ, ਅਤੇ ਜੇ ਉਹ ਵੀਰ ਵਧੀਆ ਤਰੀਕੇ ਨਾਲ ਕੰਮ ਕਰਨਾ ਉਹਨਾਂ ਨੂੰ ਆਉਂਦਾ ਵਾ, ਅਤੇ ਉਹ ਵੀਰ ਆਣ ਕੇ ਇੱਥੇ ਕਟਿੰਗ ਦਾ ਕੰਮ ਕਰ ਸਕਦੇ ਆ, ਦੁਕਾਨਾਂ 'ਤੇ ਕੰਮ ਮਿਲ ਜਾਂਦਾ। ਅਤੇ ਹਾਂਜੀ ਦੋਸਤੋ, ਜ਼ਰੂਰੀ ਗੱਲਾਂ ਕੋਈ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਅਤੇ ਜਿਹੜੇ ਮੇਰੇ ਵੀਰ ਭਰਾ ਮੈਸੇਜ ਕਮੈਂਟ ਕਰਕੇ ਪੁੱਛਦੇ ਆ ਕਿ ਇਟਲੀ ਦੇ ਪੇਪਰ ਜਿਹੜੇ ਕਿੰਨਾ ਖਰਚਾ ਲੱਗਦਾ ਭਰਨ 'ਤੇ, ਟੋਟਲ ਖਰਚਾ ਕਿੰਨਾ ਲੱਗਦਾ, ਅੱਜ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਇੱਕ ਤਾਂ ਦੋਸਤੋ, ਜਿਹੜੇ ਇਟਲੀ ਦੇ ਪੇਪਰ ਆ, 150 ਤੋਂ 200 ਯੂਰੋ ਖਰਚਾ ਲੱਗਦਾ ਪੇਪਰ ਭਰਨ ਦਾ। ਅਤੇ ਬਾਕੀ ਏਜੰਟ ਕੀ ਕਰਦੇ ਆ, 50,000 ਲੱਖ ਰੁਪਇਆ ਐਡਵਾਂਸ ਲੈਂਦੇ ਆ, ਤਾਂ ਲੈਂਦੇ ਆ ਕਿ ਕੱਲ੍ਹ ਨੂੰ ਬੰਦਾ ਮੁੱਕਰ ਨਾ ਜਾਵੇ ਪੇਪਰ ਨਿਕਲ ਆਉਣ 'ਤੇ, ਹੈ ਨਾ। ਅਤੇ ਦੂਜੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਕਿਸੇ ਏਜੰਟ ਨੂੰ 50,000 ਲੱਖ ਰੁਪਇਆ ਐਡਵਾਂਸ ਦਿੰਦੇ ਜੇ, ਉਹਦੇ ਨਾਲ ਇਹ ਗੱਲ ਜ਼ਰੂਰ ਕਲੀਅਰ ਕਰ ਲਿਓ ਕਿ ਜਿਹੜੇ ਪੇਪਰ ਬਾਈ ਚਾਂਸ ਨਹੀਂ ਨਿਕਲਦੇ, ਰੱਬ ਨਾ ਕਰੇ ਪੇਪਰ ਨਹੀਂ ਨਿਕਲਦੇ, ਤਾਂ ਤੁਹਾਨੂੰ ਉਹਨਾਂ ਪੈਸਿਆਂ ਦੇ ਵਿੱਚੋਂ ਐਡਵਾਂਸ ਦਿੱਤਿਆਂ 'ਚੋਂ ਕਿੰਨੇ ਵਾਪਸ ਮੁੜਨਗੇ, ਠੀਕ ਆ ਜੀ। ਅਤੇ ਕੁਝ ਵੀਰ ਭਰਾ ਕਹਿੰਦੇ ਕਿ ਜਿਹੜੇ ਟੋਟਲ ਖਰਚਾ ਇਟਲੀ ਆਉਣ ਦਾ ਕਿੰਨਾ ਲੱਗਦਾ ਵਾ, ਟੋਟਲ ਖਰਚਾ ਦੋਸਤੋ ਗੱਲ ਇੱਦਾਂ ਕਿ ਮੇਰੀ ਨਿਗਾਹ ਦੇ ਵਿੱਚ ਹੀ ਬੰਦੇ ਇੱਥੇ ਕਾਫੀ ਆਏ ਆ ਇਟਲੀ 'ਚ, ਕਿਉਂਕਿ 3-4 ਸਾਲ ਤੋਂ ਮੈਂ ਵਹਿੰਦਾ ਪਿਆ। ਕੋਈ ਵੀਰ 5 ਲੱਖ 'ਚ ਆਉਂਦੇ ਆ, ਕੋਈ 7 'ਚ ਆਉਂਦੇ ਆ, ਕੋਈ 9 'ਚ ਆਉਂਦੇ ਆ, ਕੋਈ 12 ਲੱਖ 'ਚ ਆਉਂਦੇ ਆ। ਅਤੇ ਇਹ ਆਪਾਂ ਕੋਈ ਕਲੀਅਰ ਖਰਚਾ ਨਹੀਂ ਦੱਸ ਸਕਦੇ ਕਿਸੇ ਵੀ ਏਜੰਟ ਦਾ, ਵੱਖੋ ਵੱਖੀ ਰੇਟ ਆ। ਅਤੇ ਬਾਕੀ ਮੇਰਾ ਕਿਸੇ ਏਜੰਟ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਕਿ ਮੈਂ ਕਿਸੇ ਦਾ ਕੋਈ ਨਹੀਂ ਇੱਦਾਂ ਦਾ ਹੈਗਾ ਸਿਸਟਮ ਅਤੇ ਵੀ ਮੈਂ ਕਿਸੇ ਦਾ ਕਹਾਂ ਵੀ ਉਹ ਮਾੜਾ ਉਹ ਚੰਗਾ। ਅਤੇ ਤੁਸੀਂ ਖਾਸ ਕਰਕੇ ਜਦੋਂ ਪੇਪਰ ਫਿਲ ਕਰਨੇ ਆ, ਕੋਈ ਆਪਣਾ ਰਿਸ਼ਤੇਦਾਰ ਭੈਣ ਭਰਾ ਵੇਖ ਕੇ ਪੇਪਰ ਭਰੋ। ਅਤੇ ਬਾਕੀ ਦੋਸਤੋ, ਜਿਹੜੀ ਤੁਸੀਂ ਆਮ ਹੀ ਚੈਨਲਾਂ ਦੇ ਉੱਤੇ ਐਡ ਚੱਲਦੀ ਵਹਿੰਦੇ ਆ ਵੀਡੀਓ ਦੇ ਨਾਲ, ਉਹਦੇ ਵਿੱਚ ਲਿਖਿਆ ਹੁੰਦਾ ਪੇਪਰ ਭਰਨ ਵਾਸਤੇ ਮਿਲੋ ਜਾਂ ਕਿਸੇ ਵੀ ਕੰਟਰੀ ਦੇ, ਅਤੇ ਉਹਨਾਂ 'ਤੇ ਵਿਸ਼ਵਾਸ ਨਾ ਕਰਿਆ ਕਰੋ। ਬਾਕੀ ਕਿਸੇ ਵੀ ਫੇਸਬੁੱਕ 'ਤੇ ਪੋਸਟ ਪਾ ਕੇ ਇਹ ਗੱਲਾਂ ਕਿਹਾ ਕਰੋ ਕਿ ਅਸੀਂ ਇਟਲੀ ਦੇ ਪੇਪਰ ਭਰਨੇ ਆ ਅਤੇ ਸਾਨੂੰ ਕੋਈ ਏਜੰਟ ਕੰਟੈਕਟ ਕਰੇ, ਕਿਉਂਕਿ ਬੰਦੇ ਬਹੁਤ ਇੱਦਾਂ ਦੇ ਜਿਹੜੇ ਤੁਹਾਨੂੰ ਮਿੰਟ ਤੋਂ ਪਹਿਲਾਂ ਮੈਸੇਜ ਕਰ ਦੇਣਗੇ ਕਿ ਹਾਂ ਬਾਈ ਅਸੀਂ ਪੇਪਰ ਭਰ ਦਿੰਦੇ ਹਾਂ। ਇਹਨਾਂ 'ਚ ਜਦੋਂ ਬਚ ਕੇ ਰਿਹਾ ਕਰੋ, ਅਤੇ ਆਪਣੇ ਯੂਟਿਊਬ ਦੇ ਵੀਡੀਓ ਥੱਲੇ ਕਮੈਂਟ ਨਾ ਕਰਿਆ ਕਰੋ ਇੱਦਾਂ ਦਾ ਕਿ ਅਸੀਂ ਪੇਪਰ ਭਰਨੇ ਆ, ਕਿਉਂਕਿ ਮੈਂ ਤਾਂ ਤੁਹਾਨੂੰ ਨਹੀਂ ਕਹੂੰਗਾ, ਕੋਈ ਨਾ ਕੋਈ ਤੁਹਾਨੂੰ ਇਹੋ ਜਿਹਾ ਟੱਕਰ ਜੂਗਾ ਜਿਹੜਾ ਤੁਹਾਨੂੰ ਕਹੂਗਾ ਕਿ ਹਾਂ ਪੇਪਰ ਭਰ ਦਿੰਦੇ ਹਾਂ, ਠੀਕ ਆ। ਅਤੇ ਇੱਦਾਂ ਦੇ ਕੰਮ ਨਾ ਕਰਿਆ ਕਰੋ, ਕਿਉਂਕਿ ਕਿਤੇ ਫਸ ਜਾਓਗੇ, ਠੀਕ ਆ ਦੋਸਤੋ। ਅਤੇ ਬਾਕੀ ਦੋਸਤੋ, ਜਦੋਂ ਤੁਸੀਂ ਪੇਪਰ ਭਰਨੇ ਆ, ਜਦੋਂ ਕਿਸੇ ਏਜੰਟ ਨਾਲ ਤੁਸੀਂ ਗੱਲ ਟੁੱਕਦੇ ਆ, ਜਿੰਨੇ 'ਚ ਵੀ ਤੁਹਾਡੀ ਗੱਲ ਹੁੰਦੀ ਮੁੱਕਦੀ ਆ, ਉਹਦੇ ਨਾਲ ਇਹ ਜ਼ਰੂਰ ਕਲੀਅਰ ਕਰ ਲਓ ਕਿ ਜਦੋਂ ਤੁਹਾਡੇ ਪੇਪਰ ਭਰਾਉਂਦਾ ਪੇਪਰ ਨਿਕਲਦੇ, ਤੁਹਾਨੂੰ ਆਣ ਕੇ ਪੱਕਾ ਵੀ ਕਰਵਾਊਗਾ ਜਾਂ ਤੁਹਾਨੂੰ ਸਿਰਫ ਇੰਟਰੀ ਲਵਾ ਕੇ ਛੱਡ ਦਊਗਾ। ਬਾਕੀ ਦੋਸਤੋ, ਵੀਰ ਭਰਾ ਬਹੁਤ ਮੈਸੇਜ ਕਮੈਂਟ ਕਰਦੇ ਆ ਕਿ ਸਾਨੂੰ ਬਾਈ ਜੀ ਵੈਬਸਾਈਟ ਦੱਸ ਦਿਓ ਕਿੱਥੋਂ ਔਨਲਾਈਨ ਅਪਲਾਈ ਹੁੰਦੇ ਆ। ਇਹ ਔਨਲਾਈਨ ਪੇਪਰ ਅਪਲਾਈ ਨਹੀਂ ਹੁੰਦੇ, ਨਾ ਹੀ ਇਹ ਕੋਈ ਟਰੈਵਲ ਏਜੰਟ ਇੰਡੀਆ ਤੋਂ ਬੈਠਾ ਅਪਲਾਈ ਕਰ ਸਕਦਾ, ਕਿਉਂਕਿ ਬਹੁਤ ਉੱਥੇ ਗਰੰਟੀਆਂ ਦਿੰਦੇ ਆ ਕਿ ਅਸੀਂ ਤੁਹਾਡੇ ਪੇਪਰ ਭਰ ਦਿੰਦੇ ਹਾਂ, ਮਹੀਨੇ 'ਚ ਨਿਕਲ ਆਉਣਗੇ, 3 ਮਹੀਨਿਆਂ 'ਚ ਨਿਕਲ ਆਉਣਗੇ,
बाकी यदा कोई क्लीयर टाइम भी है नहीं है भी किन्ने चिर से निकलने हैं, क्योंकि साल साल डेढ़ डेढ़ साल बाद भी पेपर निकल आते हैं। तो उन्होंने एजेंटा पर विश्वास ना करो जिड़े तुम उत्थे बैठे भरोसे दे जाते कि महीने च निकल आएंगे जो ऑनलाइन भर दें। ये सिर्फ तो सिर्फ इटली के इटली का मालक ही पेपर भर सकता वा, जां इतों का कोई वकील पेपर फिल कर सकता, वह भी किसी मालक के ही डाकूमेंट लैके भरूगा। वकील भी इतने मतलब सीधा अपने वालों नहीं कोई कर सकता, तो ये मालक ही इधर पेपर इटली च भर सकते हैं। जे दोस्तों वीडियो ये अज्ज दी चंगी लगी तो लाइक शेयर कमेंट जरूर करो, जे कोई होर जानकारी चाहते जे तो अपने इंस्टा पर मैसेज कर लियो। धन्यवाद जी, सत श्री अकाल सारिआं नूं।